ਫੜ ਲਿਆ ਫੜ ਲਿਆ ਫੜ ਲਿਆ ਬੰਦਾ ਗੱਗਾਨੀ ਨਾਲ ਫੜ ਲਿਆ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਕਿ ਇੱਕ ਪਤੀ ਤੇ ਚੜਿਆ ਸੀ ਆਸ਼ਕੀ ਦਾ ਪੁੱਤ। ਇਲਜ਼ਾਮ ਹੈ ਕਿ ਪਤੀ ਆਪਣੀ ਪਤਨੀ ਨੂੰ ਵੀਡੀਓ ਕਾਲ ਕਰਕੇ ਆਪਣੀ ਸਹੇਲੀ ਦਿਖਾ ਰਿਹਾ ਸੀ, ਬਸ ਫਿਰ ਕੀ ਸੀ ਪਤਨੀ ਨੂੰ ਚੜ ਗਿਆ ਗੁੱਸਾ। ਉਸਨੇ ਵੀ ਲੋਕੇਸ਼ਨ ਟਰੇਸ ਕਰ ਲਈ ਅਤੇ ਪਹੁੰਚ ਕੇ ਸਿੱਧਾ ਉਸ ਕਮਰੇ ਦੇ ਵਿੱਚ ਜਿੱਥੇ ਮੌਜੂਦ ਸੀ ਪਤੀ ਕਿਸੇ ਗੈਰ ਮਹਿਲਾ ਦੇ ਨਾਲ। ਬਸ ਫਿਰ ਕੀ ਸੀ ਇਸ ਮਹਿਲਾ ਨੇ ਆਪਣੇ ਪਤੀ ਅਤੇ ਉਕਤ ਮਹਿਲਾ ਨੂੰ ਕਾਬੂ ਕਰ ਲਿਆ, ਉਹਨਾਂ ਨੂੰ ਜ਼ਬਰਦਸਤੀ ਈ ਰਿਕਸ਼ਾ 'ਚ ਬਿਠਾ ਕੇ ਲੈ ਗਏ ਥਾਣੇ ਤਾਂ ਕਿ ਕਾਰਵਾਈ ਹੋ ਸਕੇ। ਇਸ ਪਤਨੀ ਦਾ ਇਲਜ਼ਾਮ ਹੈ ਕਿ ਉਸਦਾ ਪਤੀ ਉਸ ਦੇ ਨਾਲ ਇਸ ਤਰੀਕੇ ਦਾ ਸਲੂਕ ਕਰ ਰਿਹਾ ਸੀ, ਸ਼ਾਦੀਸ਼ੁਦਾ ਹੁੰਦੇ ਹੋਏ ਵੀ ਕਿਸੇ ਗੈਰ ਮਹਿਲਾ ਦੇ ਨਾਲ ਸੰਬੰਧ ਬਣਾ ਰਿਹਾ ਸੀ ਅਤੇ ਉਸਨੇ ਰੰਗੇ ਹੱਥ ਉਸ ਨੂੰ ਕਾਬੂ ਕਰ ਲਿਆ। ਮੌਕੇ 'ਤੇ ਹੋਇਆ ਹਾਈ ਵੋਲਟੇਜ ਡਰਾਮਾ, ਆਓ ਤੁਹਾਨੂੰ ਦਿਖਾਉਂਦੇ ਹਾਂ ਤਣਕ ਮੇਲ ਪੰਜਾਬੀ ਟੀ ਵੀ ਲਈ ਅਮਨ ਤਾਗਰ ਦੀ ਰਿਪੋਰਟ। ਇਹਨੂੰ ਆਟੋ 'ਤੇ ਬਿਠਾ ਕੇ ਲੈ ਚਲੋ ਉੱਥੇ ਹੀ ਖਾਣੇ ਰਾਮਬਾਗ ਪੈਣਾ, ਰਾਮਬਾਗ ਪੈਣਾ ਇਹਨੂੰ ਜੋੜੇ ਫੜ ਕੇ ਜਾਣਾ ਕੇਸ ਨਹੀਂ ਜੋੜੇ ਕਰੋ ਕਰੋ ਠੀਕ ਹੈ। ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ 'ਚ ਤੁਸੀਂ ਇੱਕ ਵਿਅਕਤੀ ਦੀ ਕੁੱਟਮਾਰ ਕਰਦੇ ਪਏ ਜੇ, ਕੀ ਮਾਮਲਾ ਹੈ, ਕਿਉਂ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ? ਮਾਮਲਾ ਇਹ ਕਿ ਉਹ ਮੇਰਾ ਹਸਬੈਂਡ ਹੈ ਅਤੇ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਅਤੇ ਵੀਡੀਓ ਕਾਲ ਕਰਕੇ ਅਤੇ ਮੈਨੂੰ ਕਹਿ ਰਿਹਾ ਸੀ ਫੜ ਲਾ ਜੋ ਮੇਰਾ ਫੜਨਾ। ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ, ਮਤਲਬ ਹੋਟਲ ਦੇ ਵਿੱਚ ਸ਼ਰੇਆਮ ਮਤਲਬ ਸਭ ਕੁਝ ਚੱਲ ਰਿਹਾ ਸੀ ਅਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ, ਸਭ ਕੁਛ ਹੋਇਆ ਅਤੇ ਮੈਂ ਮਤਲਬ ਥਾਣਾ ਮੋਹਕਮਪੁਰੇ ਕੰਪਲੇਂਟ ਵੀ ਪਾਈ ਅਤੇ ਉਸ ਤੋਂ ਅੱਗੇ ਮਤਲਬ ਬੱਸ ਅੱਡੇ ਜਿਹੜੀ ਜਾਣੀ ਸੀ ਅਸੀਂ ਉੱਥੇ ਕੰਪਲੇਂਟ ਪਾਈ, ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ, ਸੁਣਵਾਈ ਨਹੀਂ ਹੋਈ। 751 ਦਾ ਮੈਨੂੰ ਕਿਹਾ ਗਿਆ ਪਰ 751 ਉਸ 'ਤੇ ਨਹੀਂ ਹੋਈ, ਪਰ 751 ਜੋ ਉਹਨੇ ਗਲਤੀ ਕੀਤੀ ਆ ਇਸੀ ਸਜ਼ਾ ਤਾਂ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ, ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 751 ਵੀ ਇੱਕ ਛੋਟਾ ਜਿਹਾ ਕੇਸ ਪਾ ਕੇ ਵੀ ਉਸ 'ਤੇ ਨਹੀਂ ਕੀਤੀ ਗਈ। ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸੀ? ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30-9 ਵਜੇ ਫੜਾਇਆ, ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12:00-1:00 ਬੱਸ ਅੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ। ਉਸੇ ਟਾਈਮ ਹੀ ਲੇਡੀਜ਼ ਨੂੰ ਛੱਡ ਦਿੱਤਾ ਗਿਆ
ਬਾਕੀ ਮਤਲਬ ਸਵੇਰੇ ਉਸ ਆਦਮੀ ਨੂੰ ਛੱਡਿਆ ਗਿਆ ਮੇਰੇ ਹਸਬੈਂਡ ਨੂੰ। ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਹੇ ਆ, ਤੁਹਾਨੂੰ ਨਹੀਂ ਅਪਣਾ ਰਹੇ, ਕੀ ਕਾਰਨ? ਕਾਰਨ ਇਹ ਕਿ ਜੀਜਾ ਜਿਹੜਾ ਉਸਦਾ, ਉਸਦੀ ਗਲਤ ਅੱਖ ਮੇਰੇ ਤੇ ਆ, ਉਹ ਲੜਾਈਆਂ ਲਵਾਉਂਦਾ ਵੀ ਬਸ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣ ਤੇ ਇਸ ਘਰ ਚੋਂ ਬਾਹਰ ਨਿਕਲ ਜਾਵੇ, ਉਸਦੀ ਜਗ੍ਹਾ ਤੇ ਮੈਂ ਹੀ ਆ ਸਕਾਂ। ਇਹ ਹੁਣ ਗਲਤ ਨਾਮ ਸ਼ਨਾਵ ਹਰਕਤਾਂ ਉਹਦੇ ਕੋਲ ਕਰਾਉਂਦਾ ਪਿਆ, ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ, ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ, ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦੇਵਾਂ ਤੇ ਉਹਦੀ ਜਗ੍ਹਾ ਤੇ ਇਹ ਆਪ ਇਸਦਾ ਜੀਜਾ, ਉਸਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੇਰੇ ਹਿਸਾਬ ਨਾਲ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਇਸ ਤਰ੍ਹਾਂ ਮੈਨੂੰ ਗਲਤ ਉਹਨੇ ਮੇਰੇ ਨਾਲ ਇਹ ਕੀਤਾ ਵਾ, ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪਹੁੰਚਾਈ ਆ, ਔਰ ਜੀਜੇ ਦੀ ਵੀ ਜੋ ਜੀਜਾ ਕਰ ਰਿਹਾ ਵਾ, ਭੈਣ ਕਰ ਰਹੀ ਆ, ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਪੁਲਿਸ ਕੀ ਕਹਿੰਦੀ? ਪੁਲਿਸ ਪਹਿਲਾਂ ਕਹਿੰਦੀ 57 ਮਤਲਬ ਪਾਈ ਆ, ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 57 ਨਹੀਂ ਪਈ, ਕੁਛ ਵੀ ਨਹੀਂ ਪਿਆ, ਤੇ ਜੇ ਮੈਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ, ਕੋਈ ਮੈਨੂੰ ਪੜਾਇਆ ਨਹੀਂ ਗਿਆ, ਦੂਰੋਂ ਦਿਖਾ ਦਿੱਤਾ ਗਿਆ 57, ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਵਾ। ਉਹ ਸ਼ਰੇਆਮ ਤੁਰਿਆ ਫਿਰਦਾ ਬਾਜ਼ਾਰਾਂ ਵਿੱਚ, ਜਿਸਨੇ ਗਲਤ ਹਰਕਤ ਕੀਤੀ ਹੈ।